सो दोस्तों जिथे कि लोग पंजाब के लोग धियां जम्मन तो डरते हैं, लेकिन अज तुहानू इजी ही धी नाल रूबरू करावांगे जिन्हें कि पंजाब का नाम रोशन किया, चमकाया, सो पंजाबियों का मान वधाया। सो गलबात करते हैं पंजाब की स्थिति गगनदीप कौर नाल, जो कि पायलट बन के जिन्हें पंजाब का नाम रोशन किया। सो गलबात करते हैं, सत श्री अकाल मैम। सत श्री अकाल। सो मैम पहले तो दसो तुहाडा जन्मपल कित्थे दा है? हाँ जी, मेरा बर्थ एक्चुअली यूएस दा है, कैलिफोर्निया। ਜਿਵੇਂ ਕਿ ਤੁਸੀਂ ਫੋਰਨ 'ਚ ਰਹਿੰਦੇ ਸੀ, ਫਿਰ ਵੀ ਪੰਜਾਬ ਦੇ ਨਾਲ, ਧਰਤੀ ਦੇ ਨਾਲ ਜੁੜੇ ਰਹੇ ਹੋ, ਸਵੱਬ ਕਿਵੇਂ ਦਾ ਬਣਿਆ, ਕਿਵੇਂ ਤੁਹਾਨੂੰ ਖਿਆਲ ਹੈ ਕਿ ਪੰਜਾਬ 'ਚ ਹੀ ਵਾਪਸ ਆਉਣਾ ਹੈ? ਆਈ ਥਿੰਕ ਇਸ ਦਾ ਕ੍ਰੈਡਿਟ ਮੈਂ ਆਪਣੇ ਪੇਰੈਂਟਸ ਨੂੰ ਦੇਣਾ ਚਾਹੁੰਦੀ ਹਾਂ। ਉਹਨਾਂ ਨੇ ਸ਼ੁਰੂ ਤੋਂ ਹੀ ਸਾਨੂੰ ਪੰਜਾਬ ਦੇ ਨਾਲ ਜੋੜੇ ਰੱਖਿਆ। ਉਹਨਾਂ ਨੇ ਹਰ ਇੱਕ ਸਾਲ ਇੱਕ ਜਾਂ ਦੋ ਵਾਰ ਸਾਨੂੰ ਜ਼ਰੂਰ ਪੰਜਾਬ ਲੈ ਕੇ ਆਉਂਦੇ ਸੀ। ਸੋ ਉਸ ਦੇ ਨਾਲ ਉਹ ਪੰਜਾਬੀ ਕਲਚਰ ਦੇ ਨਾਲ ਕਨੈਕਸ਼ਨ ਬਣ ਗਿਆ, ਤਾਂ ਇਸ ਕਰਕੇ ਹੀ। ਜਿਵੇਂ ਕਿ ਅੱਜ ਕੱਲ੍ਹ ਦੀ ਪੀੜ੍ਹੀ ਹੈ, ਪਲੱਸ ਟੂ ਕਰਨ ਤੋਂ ਬਾਅਦ ਫੋਰਨ ਚੱਲ ਜਾਂਦੀ ਹੈ, ਬਾਹਰ ਚੱਲ ਜਾਂਦੀ ਆ, ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜਦੋਂ ਤੁਸੀਂ ਬਾਹਰ ਆਉਂਦੇ ਆ, ਤੁਸੀਂ ਇੱਕ ਗੋਲ ਲੈ ਕੇ ਆਓ। ਇਹੀ ਨਹੀਂ ਤੁਹਾਡਾ ਗੋਲ ਹੋਣਾ ਚਾਹੀਦਾ ਕਿ ਤੁਸੀਂ ਬਸ ਬਾਹਰ ਆਉਣਾ ਆ। ਤੁਸੀਂ ਆਪਣਾ ਕੋਈ ਪ੍ਰੋਫੈਸ਼ਨਲ ਲੈਵਲ 'ਤੇ ਗੋਲ ਜ਼ਰੂਰ ਡਿਸਾਈਡ ਕਰਕੇ ਆਓ। ਆਈ ਥਿੰਕ ਉਸ ਦੇ ਨਾਲ ਸਾਡੇ ਬੱਚੇ ਜਿਹੜੇ ਪੰਜਾਬੀ ਯੂਥ ਆ, ਉਹ ਕਾਫੀ ਅੱਗੇ ਵੱਧ ਸਕਦੀ ਆ, ਐਂਡ ਆਈ ਥਿੰਕ ਵਧੀਆ ਸਕਸੈਸ ਮਿਲ ਸਕਦੀ ਹੈ ਫਿਊਚਰ ਦੇ ਵਿੱਚ। ਜਿਵੇਂ ਕਿ ਅੱਜ ਕੱਲ੍ਹ ਦਾ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਧੀਆਂ ਕੁੱਖ ਦੇ ਵਿੱਚ ਹੀ ਮਾਰ ਦਿੱਤੀਆਂ ਜਾਂਦੀਆਂ ਸੀ, ਲੇਕਿਨ ਹੁਣ ਦੇਖਿਆ ਜਾਂਦਾ ਕਿ ਧੀਆਂ ਮਾਨ ਵਧਾ ਰਹੀਆਂ ਨੇ, ਪੰਜਾਬ ਦੇ ਲੋਕਾਂ ਦਾ, ਮਾਂ ਪਿਓ ਦਾ ਮਾਨ ਵਧਾ ਰਹੀ, ਦੇਸ਼ ਦਾ ਮਾਨ ਵਧਾ ਰਹੀਆਂ ਨੇ। ਸੋ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ? ਮੈਨੂੰ ਲੱਗਦਾ ਕਿ ਹੁਣ ਟ੍ਰੈਂਡ ਕਾਫੀ ਜ਼ਿਆਦਾ ਚੇਂਜ ਹੋ ਰਿਹਾ ਅੱਗੇ ਨਾਲੋਂ। ਆਈ ਥਿੰਕ ਹੁਣ ਪੇਰੈਂਟਸ ਵੀ ਰਿਅਲਾਈਜ਼ ਕਰਦੇ ਆ ਕਿ ਜਿੰਨਾ ਕੁੜੀਆਂ ਕਰਦੀਆਂ ਆ ਮਾਪੇ ਦਾ, ਉਹਨਾਂ ਕਦੀ ਵਾਰੀ ਯੂਨੋ ਪੁੱਤ ਨਹੀਂ ਕਰ ਪਾਉਂਦੇ। ਸੋ ਆਈ ਥਿੰਕ ਹੁਣ ਆਲਰੇਡੀ ਉਹ ਟ੍ਰੈਂਡ ਚੇਂਜ ਹੋ ਰਿਹਾ। ਸੋ ਮੈਂ ਇਹੀ ਚੀਜ਼ ਕਹੂੰਗੀ ਕਿ ਬਹੁਤ ਵਧੀਆ ਚੇਂਜ ਆ, ਐਂਡ ਆਈ ਹੋਪ ਕਿ ਕੰਟੀਨਿਊ ਹੋਵੇ, ਐਂਡ ਈਕੁਅਲੀ ਟ੍ਰੀਟ ਕਰਨ ਪੇਰੈਂਟਸ ਆਪਣੇ ਲੜਕਿਆਂ ਨੂੰ ਵੀ ਅਤੇ ਲੜਕੀਆਂ ਨੂੰ ਵੀ। ਸੋ ਆਪਾਂ ਸਰ ਹੁਣ ਉਹਨਾਂ ਵੀ ਗੱਲਬਾਤ ਕਰਾਂਗੇ। ਸਰ ਜਦੋਂ ਤੁਹਾਨੂੰ ਪਤਾ ਲੱਗਾ ਤੁਹਾਡੀ ਵਾਈਫ ਇੱਕ ਪਾਇਲਟ ਹੈ, ਕਿਵੇਂ ਦਾ ਮਾਣ ਮਹਿਸੂਸ ਹੋਇਆ ਤੁਹਾਨੂੰ? ਮੈਨੂੰ ਬਹੁਤ ਵਧੀਆ ਲੱਗਿਆ। ਮੇਰੀ ਸ਼ੁਰੂ ਤੋਂ ਇੱਛਾ ਸੀ ਕਿ ਮੈਂ ਜੇ ਡਾਕਟਰ ਹਾਂ ਅਤੇ ਮੈਂ ਡਾਕਟਰ ਪੇਸ਼ੇ ਦੀ ਵਾਈਫ ਨਾਲ ਮੈਰਿਜ ਨਹੀਂ ਕਰਾਉਣਾ ਚਾਹੁੰਦਾ ਸੀ। ਰੀਜ਼ਨ ਬੀਂਗ ਕਿ ਇੱਕ ਸੇਮ ਪ੍ਰੋਫੈਸ਼ਨ ਦੇ ਵਿੱਚ ਕਾਫੀ ਮੁਸ਼ਕਿਲ ਹੋ ਜਾਂਦਾ ਜ਼ਿੰਦਗੀ ਨੂੰ ਕੱਟਣਾ। ਬਿਲਕੁਲ। ਅਤੇ ਇਹ ਪਾਇਲਟ ਨੇ, ਇਹ ਤੋਂ ਮੈਂ ਬਹੁਤ ਖੁਸ਼ ਹਾਂ। ਇਹ ਆਪਣੇ ਡ੍ਰੀਮਸ ਨੂੰ ਫੋਲੋ ਕਰਨ ਵਾਲੇ ਲੜਕੀ ਹੈ, ਇਹ ਤੋਂ ਮੈਂ ਬਹੁਤ ਖੁਸ਼ ਹਾਂ। ਅਤੇ ਇਸ ਚੀਜ਼ਾਂ ਨੂੰ ਮੈਂ ਬਹੁਤ ਐਪਰੀਸ਼ੀਏਟ ਕਰਦਾ ਹਾਂ, ਅਤੇ ਵਾਹਿਗੁਰੂ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਇੰਨੇ ਗੁੱਡ ਨੇਚਰ ਦੇ ਅਤੇ ਇੰਨੇ ਗਾਂਹ ਵਧੂ ਸੋਚ ਵਾਲੇ ਵਾਈਫ ਮਿਲੇ। ਸੋ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਦਾ ਯੂਥ ਹੈ, ਉਹ ਬਾਹਰ ਨੂੰ ਜਾਂਦਾ, ਪਲੱਸ ਟੂ ਕਰਕੇ ਬਾਹਰ ਚੱਲ ਜਾਂਦਾ, ਉੱਥੇ ਉਹਨਾਂ ਨੂੰ ਜੋਬਾਂ ਨਹੀਂ ਮਿਲਦੀਆਂ, ਨੌਕਰੀ ਲਈ ਧੱਕੇ ਖਾਣੇ ਪੈਂਦੇ ਨੇ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੈਸੇ? ਮੈਂ ਐਕਸਪੀਰੀਅੰਸ ਕਰਦਾ ਹਾਂ ਇਸ ਚੀਜ਼ ਨੂੰ ਆਪਣੇ, ਮੈਂ ਪੇਸ਼ੇ ਵਜੋਂ ਮਾਨਸਿਕ ਰੋਗਾਂ ਦਾ ਡਾਕਟਰ ਹਾਂ ਜੀ, ਅਤੇ ਮੈਂ ਇਸ ਚੀਜ਼ ਦਾ ਐਕਸਪੀਰੀਅੰਸ ਕੀਤਾ ਕਿ ਜਿਹੜੇ ਵੀ ਬੱਚੇ ਬਾਹਰ ਜਾਂਦੇ ਨੇ, ਜ਼ਿਆਦਾਤਰ ਉਹ ਫਰੀਡਮ ਲਈ ਭੱਜਦੇ। ਬਿਲਕੁਲ। ਉਹ ਇਸ ਲਈ ਭੱਜਦੇ ਨੇ ਕਿ ਜਿਹੜੇ ਉਹਨਾਂ ਦੇ ਮਾਂ ਬਾਪ ਆ ਉਹਨਾਂ ਦਾ ਪ੍ਰੈਸ਼ਰ ਨਾ ਰਹੇ, ਉਹਨਾਂ ਨੂੰ ਖੁੱਲ੍ਹ ਮਿਲੇ, ਉਹ ਜੋ ਕਰਨਾ ਚਾਹੁੰਦੇ ਕਰਨ। ਇੱਕ ਭੇਡ ਚਾਲ ਆ ਕਿ ਮੇਰੇ ਚਾਰ ਦੋਸਤ ਚਲੇ ਗਏ ਆ, ਦੋ ਦੋਸਤ ਹੋਰ ਚਲੇ ਗਏ ਆ, ਹੁਣ ਮੈਂ ਵੀ ਜਾਵਾਂ। ਇੱਕ ਭੇਡ ਚਾਲ ਕਹਿ ਸਕਦੇ, ਭੇਡ ਚਾਲ ਹੈ ਇੱਕ, ਉੱਥੇ ਦੀ ਚਮਕ ਹੈ। ਚਮਕ ਦਾ ਮਤਲਬ ਜਿਹਨੇ ਕਾਰ ਲੈ ਲਈ, ਕਾਰ ਨਾਲ ਫੋਟੋ ਪਾ ਦਿੱਤੀ, ਉਹਦਾ ਦਿਲ ਕਰਨਾ ਪੈਂਦਾ ਮੈਂ ਵੀ ਜਾਵਾਂ, ਮੈਨੂੰ ਵੀ ਕਾਰ ਮਿਲ ਜਾਏਗੀ। ਉਹਦੇ ਵਿੱਚ ਸੱਚਾਈ ਹੁੰਦੀ ਹੈ? ਸੱਚਾਈ ਇੱਦਾਂ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ 10-10 20-20 ਸਾਲ ਦੇ EMIs ਜਾਂ ਲੋਨਾਂ 'ਤੇ ਮਿਲ ਜਾਂਦੀ ਹੈ, ਪਰ ਉਹ ਇੱਕ ਤਰ੍ਹਾਂ ਦਾ ਚੱਕਰ ਵੀ ਹੋਇਆ ਜਿਹ 'ਚ ਫਸ ਜਾਂਦਾ ਬੰਦਾ, ਔਰ ਮੈਨੂੰ ਲੱਗਦਾ ਕਿ ਸਾਰੀ ਉਮਰ ਹੀ ਨਹੀਂ ਨਿਕਲ ਪਾਉਂਦਾ ਉਹ 'ਚੋਂ। ਔਰ ਇੱਦਾਂ ਦੀ ਚਮਕ ਦਾ ਕੀ ਫਾਇਦਾ ਜਿਹੜਾ ਤੁਹਾਨੂੰ ਪ੍ਰੈਸ਼ਰਾਈਜ਼ ਕਰਦਾ, ਜਿਹੜਾ ਤੁਹਾਨੂੰ 16-16 ਘੰਟੇ ਮੁੜ ਕੇ ਕੰਮ ਕਰਨ ਲਈ ਮਜਬੂਰ ਕਰਦਾ। ਤੁਸੀਂ ਸਰ ਇੱਕ ਡਾਕਟਰ ਹੋ, ਤੁਹਾਡੀ ਵਾਈਫ ਇੱਕ ਪਾਇਲਟ ਹੈ, ਸਬੱਬ ਕਿਵੇਂ ਬਣਿਆ ਤੁਹਾਡਾ? ਸਬੱਬ ਮੈਨੂੰ ਲੱਗਦਾ ਕਿ ਜਿੱਦਾਂ ਧੁਰੋਂ ਲਿਖੀਆਂ ਹੁੰਦੀਆਂ, ਇਹ ਤਾਂ ਹੈ ਨਾ, ਇਹਦੇ ਵਿੱਚ ਸਾਡਾ ਘੱਟ ਹੱਥ ਹੁੰਦਾ। ਪਰ ਮੈਂ ਇਹ ਕਹਿਣਾ ਚਾਹੂੰਗਾ ਕਿ ਮੈਂ ਇਹਨਾਂ ਨੂੰ ਪਹਿਲਾਂ ਤੋਂ ਜਾਣਦਾ ਸੀ, ਪਰ ਐਜ਼ ਪੇਸ਼ੈਂਟ ਦੇ ਫੈਮਿਲੀ ਮੈਂਬਰ ਜਾਣਦਾ ਸੀ, ਐਜ਼ ਅਟੈਂਡੈਂਟ ਜਾਣਦਾ ਸੀ, ਅਤੇ ਇਹਨਾਂ ਦੇ ਅਤੇ ਸਾਡੇ ਪਰਿਵਾਰ ਦੇ ਕੁਛ ਕੋਮਨ ਪਰਿਵਾਰਕ ਮੈਂਬਰ ਨੇ ਜਿਹਨਾਂ ਨੇ ਰਿਸ਼ਤੇ ਦੇ ਬਾਰੇ ਗੱਲ ਕੀਤੀ, ਸਿਰੇ ਚੜ੍ਹਿਆ ਜੀ। ਅਤੇ ਮੈਨੂੰ ਬਹੁਤ ਖੁਸ਼ੀ ਸੀਗੀ ਕਿ ਜਦੋਂ ਮੈਂ ਇਹਨਾਂ ਦਾ ਰਿਸ਼ਤਾ ਦੇਖਿਆ, ਮੈਨੂੰ ਲੱਗਿਆ ਕਿ ਇੱਦਾਂ ਦੀ ਸਿੰਪਲ ਅਤੇ ਇੱਦਾਂ ਦੀ ਡਾਊਨ ਟੂ ਅਰਥ ਕੁੜੀ ਜਿਹੜੀ ਆ, ਔਰ ਇਹਨਾਂ ਦੀ ਜਿਹੜੀ ਇੱਕ ਸਭ ਤੋਂ ਗੁੱਡ ਚੀਜ਼ ਲੱਗੀ ਮੈਨੂੰ ਕਿ ਇਹਨਾਂ ਦੀ ਇੱਕ ਰਿਕੁਆਇਰਮੈਂਟ ਸੀ ਕਿ ਮੈਂ ਸਾਬਤ ਸੂਰਤ ਸਿੱਖ ਨਾਲ ਹੀ ਵਿਆਹ ਕਰਾਉਣਾ। ਸੋ ਉਹ ਮੈਨੂੰ ਬਹੁਤ ਜ਼ਿਆਦਾ ਭਾਈ, ਸਾਡੇ ਵਿਚਾਰ ਬਹੁਤ ਮਿਲੇ, ਆਪ ਬਾਅਦ ਵਿੱਚ ਆਪਾਂ ਗੱਲਬਾਤ ਕੀਤੀ ਆ, ਬਸ ਸਾਡੇ ਵਿਚਾਰ ਕਾਫੀ ਮੈਚ ਕਰਦੇ ਸੀ, ਅਤੇ ਇੱਕ ਚੰਗੀ ਲਿਵਿੰਗ ਲਈ ਵਿਚਾਰ ਮਿਲਣਾ ਸਭ ਤੋਂ ਜ਼ਰੂਰੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਰਿਹਾ। ਸੋ ਮੈਮ ਜੇ ਵੀਡੀਓ ਦੇਖ ਰਹੇ ਵੀਵਰਸ ਅਗਰ ਤੁਹਾਡੇ ਵਾਂਗ ਤੁਹਾਡੇ ਰਸਤੇ 'ਤੇ ਚੱਲਣਾ ਚਾਹੁੰਦੇ ਨੇ, ਉਹ ਵੀ ਪਾਇਲਟ ਬਣਨਾ ਚਾਹੁੰਦੇ ਨੇ, ਉਹਨਾਂ ਨੂੰ ਕੀ ਕਰਨਾ ਪਏਗਾ ਇਹਦੇ ਲਈ?
ਉਹਨਾਂ ਨੂੰ ਇੱਕ ਆਈ ਥਿੰਕ ਪਹਿਲੀ ਗੱਲ ਤਾਂ ਇੱਕ ਕਲੀਅਰ ਵਿਜ਼ਨ ਦੀ ਲੋੜ ਆ। ਬਾਕੀ ਦੀਆਂ ਹੋਰ ਖਬਰਾਂ ਸਭ ਤੋਂ ਪਹਿਲਾਂ ਪਾਉਣ ਲਈ ਹੁਣੇ ਇਸ ਪੇਜ ਨੂੰ ਫੋਲੋ ਕਰ ਲਓ। ਖਬਰ ਪੰਜਾਬ ਦੀ, ਤੁਹਾਡਾ ਆਪਣਾ ਚੈਨਲ।